ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। 4 ਨਵੰਬਰ ਨੂੰ ਫੋਰਟਿਸ ਹਸਪੀਟਲ ਵਿੱਚ ਹੋਈ ਮੌਤ ਅਤੇ ਓਵਰ ਚਾਰਜਿੰਗ ਦੇ ਦੋਸ਼ ਦੇ ਮੱਦੇਨਜ਼ਰ ਚੰਡੀਗੜ੍ਹ ਵਿੱਚ ਇੱਕ ਪ੍ਰੈਸ ਕਾਨਫਰੰਸ ਆਯੋਜਿਤ ਕੀਤੀ ਗਈ, ਜਿਸ ਵਿੱਚ ਸਵਾਸਥ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਡੇਂਗੂ ਪੀੜਿਤ ਬੱਚੀ ਦੇ ਇਲਾਜ ਦੇ ਬਦਲੇ 16 ਲੱਖ ਰੁਪਏ ਦੇ ਬਿੱਲ ਸੌਂਪਣ ਦੇ ਚਰਚਿਤ ਮਾਮਲੇ ਵਿੱਚ ਗੁਰੂਗ੍ਰਾਮ ਦੇ ਫੋਰਟਿਸ ਹਸਪਤਾਲ ਦੇ ਖਿਲਾਫ FIR ਦਰਜ ਕਰਵਾਈ ਜਾਵੇਗੀ। ਤੁਹਾਨੂੰ ਦੱਸ ਦਈਏ ਕਿ ਇਲਾਜ ਦੇ ਦੌਰਾਨ 7 ਸਾਲ ਦੀ ਬੱਚੀ ਦੀ ਮੌਤ ਹੋ ਗਈ ਸੀ। ਹਸਪਤਾਲ ਵਾਲਿਆਂ ਨੇ ਲਾਸ਼ ਨੂੰ ਸੌਂਪਣ ਤੋਂ ਪਹਿਲਾਂ ਬੱਚੀ ਦੇ ਪਰਿਵਾਰ ਵਾਲਿਆਂ ਨੂੰ 16 ਲੱਖ ਰੁਪਏ ਦਾ ਬਿੱਲ ਫੜਾ ਦਿੱਤਾ, ਜਿਸ ਵਿੱਚ ਦਸਤਾਨੇ ਤੱਕ ਦਾ ਮੁੱਲ ਲਗਾ ਕੇ ਦਿੱਤਾ ਹੋਇਆ ਸੀ। ਮੀਡੀਆ ਵਿੱਚ ਖਬਰ ਆਉਣ ਤੋਂ ਬਾਅਦ ਕੇਂਦਰੀ ਸਵਾਸਥ ਮੰਤਰੀ ਅਤੇ ਹਰਿਆਣਾ ਦੇ ਸਵਾਸਥ ਮੰਤਰੀ ਨੇ ਮਾਮਲੇ ਦੀ ਕਾਰਵਾਈ ਦੇ ਹੁਕਮ ਦੇ ਦਿੱਤੇ ਨੇ। ਜੋ ਚਹਿਲ ਹੈ HCS, ਉਨਕੋ ਵੀ ਸ਼ਾਮਿਲ ਕੀਆ ਗਿਆ ਥਾ। ਇਸਮੇਂ ਸਪੈਸ਼ਲਾਈਜ਼ ਗਾਈਡੈਂਸ ਕੇ ਲੀਏ ਦੋ ਪੈਡੀਆਟ੍ਰਿਕ ਜੋ ਸਰਜਨ ਹੈ, ਏਕ ਫਰੋਮ PGIMS ਰੋਹਤਕ ਗੀਤਾ ਗਠਵਾਲਾ ਐਂਡ ਅਦਰ ਫਰੋਮ ਮੈਡੀਕਲ ਕਾਲਜ ਨੂੰ ਡਾਕਟਰ ਮਹਾ ਸਿੰਘ, ਇਹ ਵੀ ਇਸਮੇਂ ਐਸੋਸੀਏਟਿਡ ਕੀਏ ਗਏ ਥੇ। ਜੋ ਸਟੇਟ ਡਰੱਗ ਕੰਟਰੋਲਰ ਹੈ ਔਰ ਜੋ DCO ਹੈ ਗੁੜਗਾਓਂ, ਉਨਕੋ ਵੀ ਇਸਮੇਂ ਸ਼ਾਮਿਲ ਕੀਆ ਗਿਆ ਥਾ। ਔਰ ਅਕਾਊਂਟੈਂਟ ਆਫ ਸਿਵਲ ਸਰਜਨ ਗੁੜਗਾਓਂ ਔਰ ਡਿਸਟ੍ਰਿਕਟ ਅਟੋਰਨੀ ਗੁੜਗਾਓਂ, ਇਨਕੋ ਵੀ ਇਸਮੇਂ ਸ਼ਾਮਿਲ ਕੀਆ ਗਿਆ ਥਾ ਲੀਗਲ ਐਂਗਲ ਜਾਣਨੇ ਕੇ ਲੀਏ। ਔਰ ਕਮੇਟੀ ਨੇ 23/11/2017 ਸੇ ਆਪਣੀ ਵਹਾਂ ਪਰ ਜਾਂਚ ਕੀ ਔਰ ਇਸਮੇ ਜੋ ਤੱਥ ਸਾਹਮਣੇ ਆਏ ਹੈਂ, ਜੋ ਯੇ ਬੱਚੀ ਵੈਸੇ ਇਸਕੋ ਜੋ ਡੇਂਗੂ ਰਿਪੋਰਟ ਹੁਆ ਥਾ ਤੋ ਦਿੱਲੀ ਕੇ ਦੁਆਰਕਾ ਮੇਂ ਰੋਕਲੈਂਡ ਹੋਸਪਿਟਲ ਮੇਂ ਯੇ ਪਹਿਲੇ ਐਡਮਿਟ ਹੋਈ ਥੀ। ਉਸਕੇ ਬਾਅਦ ਯੇ ਪੇਸ਼ੈਂਟ ਵਾਸ ਡਾਇਗਨੋਸਡ ਐਸ ਡੇਂਗੂ ਸ਼ੋਕ ਸਿੰਡਰੋਮ, ਨੋਟ ਮੇਅਰ ਡੇਂਗੂ ਫੀਵਰ ਯੇ ਡਾਇਗਨੋਸ ਹੁਆ ਥਾ। ਔਰ ਉਸਕੇ ਬਾਅਦ ਯੇ 31 ਤਾਰੀਖ ਕੋ ਯੇ ਫੋਰਟਿਸ ਹਸਪਤਾਲ ਮੇਂ ਇਸਮੇਂ ਆ ਗਈ। ਇਸਮੇਂ ਬਹੁਤ ਇਰੈਗੂਲਰਿਟੀਜ਼ ਹੈ। ਮੋਗਾ ਦੇ ਅਪੈਕਸ ਕਲੋਨੀ ਵਿੱਚ ਇੱਕ ਨੌਜਵਾਨ ਵਿਅਕਤੀ ਨੇ ਆਪਣੀ ਪਤਨੀ ਅਤੇ ਉਸਦੇ ਪਰਿਵਾਰ ਤੋਂ ਦੁਖੀ ਹੋ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ, ਜਿਸ ਤੇ ਮੋਗਾ ਪੁਲਿਸ ਨੇ ਪਤਨੀ ਦੇ ਪਰਿਵਾਰ ਦੇ 4 ਲੋਕਾਂ ਦੇ ਖਿਲਾਫ ਆਤਮ ਹੱਤਿਆ ਲਈ ਮਜਬੂਰ ਕਰਨ ਦਾ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਪੋਸਟਮਾਰਟਮ ਤੋਂ ਬਾਅਦ ਲਾਸ਼ ਨੂੰ ਪਰਿਵਾਰਿਕ ਲੋਕਾਂ ਦੇ ਹਵਾਲੇ ਤਾਂ ਕਰ ਦਿੱਤਾ ਹੈ, ਪਰ ਇਸ ਮਾਮਲੇ ਵਿੱਚ ਅਜੇ ਤੱਕ ਕਿਸੇ ਦੀ ਵੀ ਗ੍ਰਿਫਤਾਰੀ ਨਹੀਂ ਹੋਈ। ਜੀ ਸੁਖਪ੍ਰੀਤ ਸਿੰਘ, ਸੁਖਤੇਜ ਸਿੰਘ ਸਾਨੂੰ ਦਰਸ਼ਨ ਸਿੰਘ ਵਾਸੀ ਪਿੰਡ ਧਰਾਜ ਦੇ ਰਹਿਣ ਵਾਲਾ ਸੀਗਾ। ਇਹਦਾ ਚਾਚਾ ਜਿਹੜਾ ਇਹ ਮੋਗੇ ਫੈਕਸ ਕਲੋਨੀ ਵਿੱਚ ਰਹਿੰਦੇ ਸੀਗੇ, ਜੋ ਨੈਸਲੇ ਵਿੱਚ ਡੇਅਰੀ ਵਿੱਚ ਸਰਵਿਸ ਕਰਦੇ ਸੀਗੇ। ਇਹ ਸੁਖਤੇਜ ਸਿੰਘ ਦਾ ਜਿਹੜਾ ਆਪਦੇ ਘਰ ਵਾਲੀ ਪਰਮਜੀਤ ਕੌਰ ਨਾਲ ਡਿਸਪਿਊਟ ਚੱਲਦਾ ਸੀ। ਸੁਖਤੇਜ ਸਿੰਘ ਦੇ ਘਰ ਵਾਲੀ ਪਰਮਜੀਤ ਕੌਰ ਨੇ ਇਸਦੇ ਖਿਲਾਫ਼ ਗਿੱਦੜਵਾਹਾ ਦੀ ਅਦਾਲਤ ਵਿੱਚ ਕੇਸ ਦਰਜ ਕੀਤਾ ਹੋਇਆ ਖਰਚੇ ਸੰਬੰਧੀ। ਇਹ ਡਿਪਰੈਸ਼ਨ ਵਿੱਚ ਰਹਿੰਦਾ ਸੀਗਾ। ਡਿਪਰੈਸ਼ਨ ਦੇ ਤੌਰ 'ਤੇ ਇਹ ਆ ਕੇ ਹਫ਼ਤਾ ਕੁ ਹੋ ਗਿਆ ਸੀ ਇਹਨੂੰ ਮੋਗੇ ਰਹਿੰਦੇ ਨੂੰ ਅਤੇ ਚਾਚੇ ਦੇ ਕੋਲ। ਤਕਰੀਬਨ ਇਹਦੇ ਸਹੁਰਾ ਪਰਿਵਾਰ ਵਾਲੇ ਇਹਨੂੰ ਧਮਕੀਆਂ ਦਿੰਦੇ ਸੀ, ਇਹਦੇ ਸਾਲੇ ਦੋਨੇ ਦੇ, ਇੱਕ ਮਾਮਾ ਸਹੁਰਾ ਇੱਕ ਘਰ ਦੀ ਪਰੇਸ਼ਾਨੀ ਦੇ ਤੌਰ 'ਤੇ ਇਹਨੇ ਆ ਕੇ ਜਿਹੜਾ ਇਸ ਘਟਨਾ ਨੂੰ ਅੰਜਾਮ ਦਿੱਤਾ ਜੀ। ਕਿਸ ਤਰ੍ਹਾਂ ਦੀ ਮੌਤ ਹੋਈ ਜੀ? ਇਸਦੀ ਮੌਤ ਇਹ ਸੁਬਾਹ ਤੜਕੇ ਜੀ ਬਾਥਰੂਮ ਗਿਆ, ਬਾਥਰੂਮ ਦੇ ਅੰਦਰੋਂ ਕੁੰਡੀ ਲਾ ਲਈ ਹੈ, ਬਾਥਰੂਮ ਦੇ ਵਿੱਚ ਜਿਹੜੀ ਲੋਹੇ ਦੀ ਗ੍ਰਿਲ ਲੱਗੀ ਹੋਈ ਹੈ ਉਹਦੇ ਨਾਲ ਇਹਨੇ ਗਲ 'ਚ ਪਰਨਾ ਪਾ ਕੇ ਆਪਣੇ ਆਪ ਨੂੰ ਖਤਮ ਕਰ ਲਿਆ ਜੀ। ਕੀ ਕਾਰਵਾਈ ਪੁਲਿਸ ਵੱਲੋਂ? ਕਾਰਵਾਈ ਪੁਲਿਸ 306/34 APC ਦਾ ਪਰਚਾ ਦਰਜ ਕੀਤਾ ਜੀ। ਤੇ ਉਧਰ ਅੰਬਾਲਾ ਦੇ ਪਿੰਡ ਬੋਹ ਵਿੱਚ 20 ਲੱਖ ਦੀ ਫਿਰੌਤੀ ਲਈ 5 ਸਾਲ ਦੀ ਬੱਚੀ ਦੀ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ। ਜਾਣਕਾਰੀ ਮੁਤਾਬਿਕ ਘਰ ਤੋਂ ਥੋੜੀ ਜਿਹੀ ਦੂਰੀ ਤੇ ਹੀ ਸਥਿਤ ਚਾਚੇ ਦੀ ਦੁਕਾਨ ਤੇ ਚਾਹ ਦੇ ਕੇ ਵਾਪਸ ਆ ਰਹੀ ਵੈਸ਼ਨਵੀ ਨਾਂ ਦੀ ਬੱਚੀ ਨੂੰ ਰਸਤੇ ਵਿੱਚ ਹੀ ਕਿਡਨੈਪ ਕਰ ਲਿਆ ਗਿਆ ਅਤੇ ਬਾਅਦ ਵਿੱਚ ਦੋਸ਼ੀ ਨੇ ਫੋਨ ਕਰਕੇ 20 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ। ਜਦੋਂ ਮਾਮਲਾ ਪੁਲਿਸ ਤੱਕ ਪਹੁੰਚਿਆ ਤਾਂ ਪੁਲਿਸ ਨੇ ਮੋਬਾਈਲ ਲੋਕੇਸ਼ਨ ਟਰੈਪ ਕਰਕੇ ਦੋਸ਼ੀ ਨੂੰ ਮੌਕੇ ਤੇ ਹੀ ਕਾਬੂ ਕਰ ਲਿਆ। ਪੁਲਿਸ ਨੇ ਬੱਚੇ ਦੇ ਚਾਚਾ ਦੀ ਦੁਕਾਨ ਤੇ ਕੰਮ ਕਰਨ ਵਾਲੇ ਨੌਕਰ ਦੇ ਨਾਬਾਲਿਗ ਰਿਸ਼ਤੇਦਾਰ ਨੂੰ ਹੱਤਿਆ ਦੇ ਦੋਸ਼ ਵਿੱਚ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਦੋਸ਼ੀ ਕੋਲੋਂ ਪੁੱਛਗਿੱਛ ਦੌਰਾਨ ਦੱਸਿਆ ਕਿ ਦੋਸ਼ੀ 11ਵੀਂ ਜਮਾਤ ਵਿੱਚ ਪੜ੍ਹਨ ਵਾਲਾ ਵਿਦਿਆਰਥੀ ਹੈ, ਜਿਸਨੇ ਬੱਚੀ ਦੇ ਘਰ ਦੇ ਨਾਲ ਲੱਗਦੇ ਘਰ ਵਿੱਚ ਹੀ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਦੋਸ਼ੀ ਨੇ ਬੱਚੀ ਨੂੰ ਡੁਬੋ ਕੇ ਮਾਰਨ ਤੋਂ ਬਾਅਦ ਲਾਸ਼ ਨੂੰ ਕੂਲਰ ਵਿੱਚ ਲੁਕੋ ਕੇ ਰੱਖਿਆ ਸੀ, ਜਿਸ ਨੂੰ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਆਮ ਆਦਮੀ ਪਾਰਟੀ ਨੇਤਾ ਕੁਮਾਰ ਵਿਸ਼ਵਾਸ ਦੇ ਬੀਤੇ ਦਿਨ ਰਾਜਸਥਾਨ ਵਿੱਚ ਇੱਕ ਪ੍ਰੋਗਰਾਮ ਦੇ ਦੌਰਾਨ ਸੰਵਿਧਾਨ ਨਿਰਮਾਤਾ
ਡਾਕਟਰ ਬੀ ਆਰ ਅੰਬੇਦਕਰ ਦੇ ਖਿਲਾਫ ਕਥਿਤ ਤੌਰ ਤੇ ਆਪੱਤੀਜਨਕ ਸ਼ਬਦਾਂ ਦਾ ਪ੍ਰਯੋਗ ਕਰਨ ਦਾ ਦੋਸ਼ ਲਗਾਉਂਦੇ ਹੋਏ ਡਾਕਟਰ ਅੰਬੇਦਕਰ ਨੌਜਵਾਨ ਦਲ ਪੰਜਾਬ ਵਿਚ ਦਲਿਤ ਸਮੁਦਾਇ ਦੇ ਮੈਂਬਰਾਂ ਦੁਆਰਾ ਲੁਧਿਆਣਾ ਸਥਿਤ ਜਲੰਧਰ ਬਾਈਪਾਸ ਚੌਂਕ ਵਿਚ ਕੁਮਾਰ ਵਿਸ਼ਵਾਸ ਦਾ ਪੁਤਲਾ ਫੂਕਿਆ ਗਿਆ। ਦਲਿਤ ਸਮਾਜ ਦੁਆਰਾ ਕੁਮਾਰ ਵਿਸ਼ਵਾਸ ਦੇ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ। ਅੱਜ ਬਾਬਾ ਸਾਹਿਬ ਦੇ ਪ੍ਰੀ ਨਿਰਵਾਣ ਦਿਵਸ ਦੇ ਵਿਚ ਅੰਬੇਦਕਰ ਨਵਯੁਗ ਦਲ ਜਦੋਂ ਅਸੀਂ ਇੱਥੇ ਬੋਤੇ ਪਹੁੰਚੇ ਤਾਂ ਸਾਡੇ ਮਨ 'ਚ ਇੱਕ ਗੁੱਸਾ ਇਸ ਚੀਜ਼ ਦਾ ਹੈਗਾ ਵੀ ਇਹ ਜਿਹੜਾ ਕੁਮਾਰ ਵਿਸ਼ਵਾਸ ਨੇ ਕੁਛ ਦਿਨ ਪਹਿਲਾਂ ਰਾਜਸਥਾਨ 'ਚ ਇਹ ਕੋਈ ਮਾੜੀ ਸ਼ਬਦਾਵਲੀ ਵਰਤੀ ਆ ਬਾਬਾ ਸਾਹਿਬ ਦੇ ਬਾਰੇ, ਉਹਦੀ ਡਾਕਟਰ ਅੰਬੇਦਕਰ ਨਵਯੁਗ ਦਲ ਜਿਹੜਾ ਇੱਕ ਹੋਰ ਨਿੰਦਾ ਕਰਦਾ, ਅਸੀਂ CP ਸਾਹਿਬ ਨੂੰ ਮਿਲ ਕੇ ਚਾਹਾਂਗੇ ਇਹਦੀ ਇਨਕੁਆਇਰੀ ਕਰਕੇ ਅਤੇ ਪਰਚਾ ਰਜਿਸਟਰਡ ਕੀਤਾ ਜਾਵੇ। ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ਼ DC ਦਫ਼ਤਰ ਪਟਿਆਲਾ ਅੱਗੇ ਧਰਨਾ ਦਿੱਤਾ ਗਿਆ। ਜਾਣਕਾਰੀ ਮੁਤਾਬਿਕ ਵਾਰਡ ਨੰਬਰ 10, 42, 40, 41 ਅਤੇ 2 ਭਾਜਪਾ ਅਤੇ 1 ਅਕਾਲੀ ਦਲ ਦੇ 1 ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਵੱਖ ਵੱਖ ਕਾਰਨਾਂ ਕਰਕੇ ਪੇਪਰ ਰੱਦ ਕੀਤੇ ਗਏ, ਜਿਸ ਦੇ ਰੋਸ ਵਜੋਂ ਉਕਤ ਉਮੀਦਵਾਰਾਂ ਵੱਲੋਂ ਵੀਰਵਾਰ DC ਦਫ਼ਤਰ ਦਾ ਘਿਰਾਓ ਕਰਕੇ ਪੰਜਾਬ ਸਰਕਾਰ ਖਿਲਾਫ਼ ਧਰਨਾ ਦਿੱਤਾ ਗਿਆ। ਇਸ ਧਰਨੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੁਰਜੀਤ ਸਿੰਘ ਰੱਖੜਾ, ਹਰਪਾਲ ਜੁਨੇਜਾ ਅਤੇ ਆਮ ਆਦਮੀ ਪਾਰਟੀ ਵੱਲੋਂ ਡਾਕਟਰ ਬਲਬੀਰ ਸਿੰਘ ਮੁੱਖ ਸੇਵਾਦਾਰ ਮੌਜੂਦ ਸਨ। ਇਹਨਾਂ ਸਭ ਨੇ ਕਾਂਗਰਸ ਦੇ ਖਿਲਾਫ਼ ਧਰਨਾ ਪ੍ਰਦਰਸ਼ਨ ਕੀਤਾ। ਇਹਨਾਂ ਦਾ ਕਹਿਣਾ ਹੈ ਕਿ ਕਾਂਗਰਸ ਵੱਲੋਂ ਧੱਕੇਸ਼ਾਹੀ ਕੀਤੀ ਜਾ ਰਹੀ ਹੈ, ਜੋ ਕਿ ਵਾਰਡ ਨੰਬਰ 42 ਵਿੱਚ ਨੋਮੀਨੇਸ਼ਨ ਫਾਰਮ ਭਰੇ ਜਾ ਰਹੇ ਨੇ ਉਹਨਾਂ ਵਿੱਚ ਗਲਤੀਆਂ ਕੱਢੀਆਂ ਜਾ ਰਹੀਆਂ ਨੇ, ਜਿਸ ਨੂੰ ਲੈ ਕੇ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵਿੱਚ ਰੋਸ ਪਾਇਆ ਜਾ ਰਿਹਾ। ਪਹਿਲਾਂ ਘਰੇ ਜਾ ਕੇ ਥ੍ਰੈਟ ਕੀਤਾ ਕੈਂਡੀਡੇਟਾਂ ਨੂੰ, ਉਹਨਾਂ ਨੂੰ ਕਿਹਾ ਕਿ ਅਸੀਂ ਵਿਡਰਾ ਕਰ ਲਓ, ਜਦੋਂ ਕੈਂਡੀਡੇਟ ਨਹੀਂ ਮੰਨੇ, ਆਫੀਸ਼ੀਅਲ ਕੈਂਡੀਡੇਟ ਨਹੀਂ ਮੰਨੇ, ਫਿਰ ਅੱਜ ਪਤਾ ਲੱਗਿਆ ਵੀ ਇਹਨਾਂ ਨੇ ਕਾਗਜ਼ ਕੈਂਸਲ ਕਰਤੇ, ਉਹਦੇ ਵਿੱਚੋਂ NOC ਕੱਢੀ ਗਈ ਹੈ। ਸਾਡੇ ਕੋਲ ਫੋਟੋ ਸਟੇਟ ਕਾਪੀ ਨਾਲ ਹੈ, DC ਆਫਿਸ ਦੇ ਵਿੱਚ ਅਸੀਂ DC ਸਾਹਿਬ ਨੂੰ ਉਹਦੀ ਦਿੱਤੀ ਹੈ ਕਾਪੀ, ਅਤੇ ਉਹਨਾਂ ਨੇ ਸਾਨੂੰ ਰਿਸੀਵ ਕਰਕੇ ਨਹੀਂ ਦਿੱਤਾ, ਐਪਲੀਕੇਸ਼ਨ ਫੜ ਲਈ ਪਰ ਉਹ ਸਾਨੂੰ ਰਿਸੀਵ ਨਹੀਂ ਦਿੱਤੀ ਉਹਦੀ। ਸੋ ਅਤੇ ਰਿਟਰਨਿੰਗ ਅਫਸਰ ਹੈ, ਉਹ ਕੁਰਸੀ 'ਤੇ ਬੈਠਾ ਨਹੀਂ ਗਾ, ਉੱਥੋਂ ਨਸ਼ਿਆ ਹੋਇਆ। ਸੋ ਉਹਦੇ ਖਿਲਾਫ਼ ਅੱਜ ਅਸੀਂ ਬੈਠੇ ਹਾਂ, ਸ਼ਿਕਾਇਤ ਦੀ ਰਸੀਦ ਸਾਨੂੰ ਦੇ ਨਹੀਂ ਰਹੇ ਹੋ। ਤਕਰੀਬਨ 3-4 ਵਾਰਡ ਤਾਂ ਸਾਡੇ ਕੋਲ ਆ ਗਏ ਨੇ, ਅਤੇ ਜਿਹਦੇ ਸਾਰੇ ਜਿੰਨੇ ਵੀ ਕੈਂਡੀਡੇਟ ਨੇ, ਇਕੱਲੇ ਇਹ ਨਹੀਂ ਕਿ ਸਾਡੇ ਆਪਾਂ ਦੇ ਵੀ ਦੂਜਿਆਂ ਦੇ ਵੀ ਸਾਰੇ ਨੇ ਕੰਜ ਕੀਤੇ ਨੇ, ਇਹ ਕਿਉਂਕਿ ਇਹ ਇਲੈਕਸ਼ਨ ਤੋਂ ਡਰਦੇ ਨੇ, ਇਹਨਾਂ ਨੂੰ ਆਪਣੇ ਆਪ 'ਤੇ ਕੰਫੀਡੈਂਸ ਹੈ ਨਹੀਂ, ਉਦੋਂ ਭੱਜਣ ਨੂੰ ਤਿਆਰ ਨੇ ਇਹ। ਸੋ ਅੱਜ ਇਹ ਇਹਨਾਂ ਗੱਲਾਂ ਦੇ ਉੱਤੇ ਆ ਗਏ, ਅਤੇ ਅਸੀਂ ਕੋਰਟ 'ਚ ਵੀ ਜਾਵਾਂਗੇ, ਅਸੀਂ ਲੋਕਤੰਤਰ ਦਾ ਇਹ ਘਾਣ ਕਰ ਰਹੇ ਨੇ। ਡਾਕਟਰ ਹਰੀਸ਼ ਕਾਂਤ ਵਾਲੀਆ ਸਾਡੇ ਬਹੁਤ ਮਜ਼ਬੂਤ ਕੈਂਡੀਡੇਟ ਹੈ, ਜਿੱਤਣ ਵਾਲੇ ਕੈਂਡੀਡੇਟ ਹੈ, ਉਹਨਾਂ ਨੇ ਸਾਰੇ ਡਾਕੂਮੈਂਟ ਚੈੱਕ ਕਰਾ ਕੇ ਦਿੱਤੇ, ਇਹਨਾਂ ਨੇ ਕੱਲ੍ਹ ਰਸੀਦ ਦਿੱਤੀ ਹੈ ਕਿ ਤੁਹਾਡੇ ਸਾਰੇ ਡਾਕੂਮੈਂਟ ਇਨ ਆਰਡਰ ਹੈ, ਕੋਈ ਓਬਜੈਕਸ਼ਨ ਨਹੀਂ ਲਾਇਆ ਉਹਦੇ ਉੱਤੇ। ਲੇਕਿਨ ਅੱਜ ਕਹਿੰਦਾ ਜੀ ਤੁਹਾਡੀ ਜਿਹੜੀ ਤੁਸੀਂ ਨਾਲ ਜਿਹੜੀ ਵੋਟਰ ਲਿਸਟ ਲਾਈ ਹੈ ਉਹ ਤੁਸੀਂ ਮਿਊਂਸੀਪਲ ਕਾਰਪੋਰੇਸ਼ਨ ਦੀ ਨਾਲ ਆ ਕੇ ਵਿਧਾਨ ਸਭਾ ਦੀ ਲਾਤੀ, ਇਹ ਕੋਈ ਬਜ਼ਰ ਗਲਤੀ ਨਹੀਂ ਹੈ, ਇਸ ਪ੍ਰੀਤ ਰਿਜੈਕਟ ਕੀਤਾ ਨਹੀਂ ਜਾ ਸਕਦਾ, ਕਿਉਂਕਿ ਇਹ ਮੈਂਡੇਟਰੀ ਨਹੀਂ ਹੈ ਕਿ ਕੈਂਡੀਡੇਟ ਲਾਵੇ, ਉਹਨਾਂ ਨੇ ਦੇਖਣਾ ਹੁੰਦਾ ਕਿ ਉਹਦੀ ਵੋਟ ਹੈ ਕਿ ਨਹੀਂ ਹੈ, ਸਿਰਫ ਇਸ ਪਲੀ ਦੇ ਉੱਤੇ ਉਹਨਾਂ ਦੇ ਕਾਗਜ਼ ਵਿੱਚੋਂ ਗਾਇਬ ਕੀਤੇ ਗਏ ਜਾਣ ਕੇ। ਇਸੇ ਤਰ੍ਹਾਂ ਜਿਹੜਾ 41 ਵਾਰਡ ਹੈ ਉੱਥੋਂ ਸਾਡੀ ਮਨੀਸ਼ਾ ਰਾਣੀ ਸਾਡੀ ਕੈਂਡੀਡੇਟ ਹੈ, ਬਹੁਤ ਮਜ਼ਬੂਤ ਕੈਂਡੀਡੇਟ ਹੈ, ਉਹਦੀ ਜਿਹੜੀ ਰਸੀਦ ਦਿੱਤੀ ਹੈ 41 ਤੋਂ ਸਾਡੀ ਉਮੀਦਵਾਰ ਹੈ, 41 ਲਿਖਿਆ ਉਹਦੀ ਰਸੀਦ 'ਤੇ, ਕਹਿੰਦੇ ਤੁਸੀਂ ਫਾਰਮ 'ਤੇ 42 ਲਿਖਿਆ ਹੋਇਆ, ਜੇ ਫਾਰਮ 'ਤੇ 42 ਲਿਖਿਆ ਹੋਇਆ ਤਾਂ 41 ਦੀ ਰਸੀਦ ਕਿਵੇਂ ਦਿੱਤੀ? ਰਸੀਦ ਸਾਡੇ ਕੋਲ, ਅਸੀਂ ਡਿਪਟੀ ਕਮਿਸ਼ਨਰ ਨੂੰ ਮਿਲੇ ਹਾਂ, ਉਹ ਕਹਿੰਦੇ ਜੀ ਇਹ ਜਿਹੜਾ ਤੁਹਾਡਾ ਬੰਦਾ ਜਿਹੜਾ ਸਕੂਟ ਨਹੀਂ ਕਰ ਰਿਹਾ, ਇਹ ਉਹਦਾ ਅਧਿਕਾਰ ਖੇਤਰ ਹੈ, ਮੈਂ ਇੰਟਰਫੀਅਰ ਨਹੀਂ ਕਰ ਸਕਦਾ। ਮੈਂ ਕਿਹਾ ਬਾਹਰ ਧਰਨਾ ਦੇ ਰਹੇ ਹਾਂ, ਧਾਰਾ 144 ਵੀ ਲੱਗੀ ਹੋਈ ਹੈ, ਇਸ ਕਿਉਂਕਿ ਉਹਨਾਂ ਐਕਸ਼ਨ ਕਿਉਂ ਨਹੀਂ ਹੋ ਰਿਹਾ? ਪੁਲਿਸ ਵਾਲੋ ਨੇ ਐਕਸ਼ਨ ਕਰਨਾ ਹੋਤਾ ਜੀ, ਔਰ ਹਮ ਲੋਗੋਂ 144 ਮੇਂ ਉਸਮੇਂ ਬਹੁਤ ਸਾਫ਼ ਲਿਖਾ ਹੁਆ ਕਿ ਜੋ ਵੀ ਇਸ ਤਰ੍ਹਾਂ ਕੀ ਕੰਪਲਾਇੰਸ ਹੋਣੀ ਹੈ ਉਹ ਪੁਲਿਸ ਕੀ ਤਰਫ ਸੇ ਹੋਗੀ, SSP ਸਾਹਿਬ ਸੇ ਮੇਰੀ ਬਾਤ ਹੋਈ ਹੈ, ਤੋ ਅਭੀ ਦੇਖਤੇ ਹੈਂ ਜਬ SSP ਸਾਹਿਬ ਕਾ ਕੁਛ ਆ ਜਾਤਾ ਹੈ ਤੋ ਹਮ ਲੋਗ ਦੇਖੇਂਗੇ ਕੈਸੇ ਕਰਨਾ ਹੈ ਇਸਕੋ ਆਗੇ। ਕਿਆ ਕਰਨ ਤੈਨ ਮੇਂ ਕਿਉਂ ਲਗਾਇਆ ਆਪਸੇ ਬਾਤ ਹੋਈ, ਕਿਉਂ ਕੀ ਕਰਨ ਤੈ ਇਹਨਾਂ ਨੇ ਆਪਕੋ? ਮੁਝੇ ਯਹੀ ਬਤਾ ਰਹੇ ਨੇ ਕਿ ਕੁਛ ਇਸ਼ੂਜ਼ ਹੈ ਇਨਕੇ, ਅਭੀ ਤੱਕ ਬਹੁਤ ਸਾਫ਼ ਖੁੱਲ ਕੇ ਕੋਈ ਬਾਤ ਨਹੀਂ, ਅਗਰ ਕੋਈ ਰਿਪ੍ਰੈਜ਼ੈਂਟੇਸ਼ਨ ਆਤੀ ਤੋ ਉਸ ਪੇ ਹਮ ਜੋ ਹੈ ਕਾਰਵਾਈ ਕਰਾਂਗੇ ਔਰ ਮੈਰਿਟ ਪੇ ਕਰਾਂਗੇ। ਤੋ ਹੁਣ ਵੇਲਾ ਹੋ ਚੁੱਕੇ ਇੱਕ ਹੋਰ ਛੋਟੇ ਜਿਹੇ ਬ੍ਰੇਕ ਦਾ, ਮਿਲਦੇ ਹਾਂ ਬ੍ਰੇਕ ਤੋਂ ਬਾਅਦ।